ਕੋਈ ਤੇ ਵਿਆਹ ਵੀ ਨਹੀਂ ਕਿਸੇ ਨੂੰ ਕਰਾਉਣ ਦਿੰਦੇ ਜਿਹਦੀ ਵਿਆਹ ਕਰਾਉਣ ਦੀ ਉਮਰ ਹੈ ਵਿਆਹ ਤੇ ਕਰਾਉਣਾ ਹੀ ਆ ਇਹਨਾਂ ਕੋਲ ਕੋਈ ਮੁੱਦਾ ਨਹੀਂ ਹੈਗਾ ਕਦੀ ਕਹਿੰਦੇ ਇਹਨਾਂ ਦੇ ਮੁੰਡੇ ਵਿਆਹ ਕਰਾਈ ਜਾਂਦੇ ਆ ਇਹਨਾਂ ਦੇ ਮੰਤਰੀ ਵਿਆਹ ਕਰਾਈ ਜਾਂਦੇ ਦੱਸੋ ਜਿਹੜਾ ਕੁਵਾਰਾ ਉਹਨੇ ਵਿਆਹ ਤੇ ਕਰਾਉਣਾ ਕਰਾਉਣਾ ਇਹ ਤੇ ਜਰਨਲੀ ਗੱਲ ਹੈ ਯਾਰ ਇਹ ਜਾਣ ਕੇ ਜਾਣ ਬੁੱਝ ਕੇ ਮੁੱਦਾ ਬਣਾਉਂਦੇ ਪਏ ਆ ਜਿਹਦੀ ਉਮਰ ਹੈ ਵਿਆਹ ਕਰਾਉਂਦੀ ਉਹਨੇ ਵਿਆਹ ਕਰਾਉਣਾ ਹੀ ਇਹਦਾ ਫਰਕ ਇਹ ਹੁੰਦਾ ਸੀ ਇਹ ਬਜ਼ੁਰਗ ਹੁੰਦੇ ਸੀ ਇਹਨਾਂ ਦੇ ਭੋਗ ਪੈਂਦੇ ਸੀ ਜਿਹੜੇ ਮੰਤਰੀ ਇਹਨਾਂ ਦੇ ਸੀ ਜਿਹੜੇ ਮੰਤਰੀ ਇਹਨਾਂ ਦੇ ਉਹਨਾਂ ਦੇ ਭੋਗ ਪੈਂਦੇ ਸੀ ਤੇ ਸਾਡੇ ਨੌਜਵਾਨ ਮੁੰਡੇ ਕੁੜੀਆਂ ਉਹਨਾਂ ਦੇ ਵਿਆਹ ਹੋਣ ਵਾਲੇ ਆ ਕੁਵਾਰੇ ਆ ਤੇ ਉਹਨਾਂ ਦੇ ਵਿਆਹ ਹੋਣੇ ਆ ਪੰਚਾਇਤੀ ਜ਼ਮੀਨਾਂ ਜਾਂ ਪੰਚਾਇਤੀ ਛੱਪੜ ਆ ਜਿਵੇਂ ਪਹਿਲੇ ਸਾਲ ਤੋਂ ਕਾਰਵਾਈ ਰੂਟੀਨ ਚ ਉਸੇ ਤਰ੍ਹਾਂ ਕਾਰਵਾਈ ਚੱਲਦੀ ਪਈ ਆ ਸਿਰਫ ਆ ਹੁਣ ਜਿਹੜੇ ਪੰਜਾਬ ਚ ਹੜਾਂ ਦੀ ਸਥਿਤੀ ਬਣੀ ਆ ਹੜਾਂ ਨੂੰ ਵੇਖਦੇ ਆ ਥੋੜਾ ਜਿਹਾ ਅਸੀਂ ਢਿੱਲ ਵਰਤੀ ਸੀ ਪਰ ਮਹਿਕਮਾ ਸਾਡਾ ਉਸੇ ਤਰ੍ਹਾਂ ਹੀ ਕਾਰਵਾਈ ਆਪਦੀ ਕਰ ਰਿਹਾ ਇਹ ਨਹੀਂ ਕਿ ਕੋਈ ਮਹਿਕਮੇ ਨੇ ਕਾਰਵਾਈ ਛੱਡਤੀ ਆ ਉਹ ਸਿਰਫ ਇਸ ਕਰਕੇ ਕਾਰਵਾਈ ਚ ਢਿੱਲ ਦਿੱਤੀ ਕਿ ਲੋਕਾਂ ਨੇ ਇਸ ਗੱਲ ਦਾ ਵੀ ਗੁੱਸਾ ਕਰਨਾ ਕਿ ਪੰਜਾਬ ਚ ਤੁਹਾਡਾ ਨਾ ਫਸਲਾਂ ਖਰਾਬ ਹੁੰਦੀਆਂ ਪਈਆਂ ਕਿਉਂਕਿ ਸਾਡੀਆਂ ਆਪਦੀਆਂ ਜ਼ਮੀਨਾਂ ਵੀ ਹੜਾਂ ਵਾਲੀ ਸਥਿਤੀ ਦੇ ਵਿੱਚ ਕਈ ਥਾਵਾਂ ਤੇ ਸਾਡੀ ਜ਼ਮੀਨ ਚ ਵੀ ਹੜ ਆਏ ਆ ਤੇ ਉਹਦਾ ਕਰਕੇ ਥੋੜੀ ਢਿੱਲ ਬਾਕੀ ਸਾਡੀ ਰੂਟੀਨ ਦੇ ਵਿੱਚ ਜਿਹੜੀ ਉਹ ਕਾਰਵਾਈ ਚੱਲਦੀ ਪਈ ਆ ਕੋਈ ਵੀ ਜਿਹੜੀ ਪੰਚਾਇਤੀ ਜ਼ਮੀਨ ਆ ਦੇਹ ਆਬਾਦ ਦੀ ਸ਼ਾਮਲਾੜ ਜ਼ਮੀਨ ਆ ਜੇ ਕਿਸੇ ਨੇ ਕੋਈ ਕਬਜ਼ਾ ਕੀਤਾ ਉੱਤੇ ਸਖਤ ਤੋਂ ਸਖਤ ਕਾਰਵਾਈ ਉੱਤੇ ਜ਼ਮੀਨ ਪੰਚਾਇਤ ਮਹਿਕਮੇ ਦੇ ਅਧੀਨ ਲਿਆਵਾਂਗੇ ਜਿਹੜੇ ਸਰਪੰਚ ਨੇ ਜੀ ਜਿਹੜੇ ਡਿਫਾਲਟਰ ਸਰਪੰਚ ਨੇ ਕਦ ਤੱਕ ਉਹਨਾਂ ਦੇ ਕਾਰਵਾਈ ਹੋਈ ਦੇਖੋ ਜਿੱਥੋਂ ਜਿੱਥੋਂ ਵੀ ਇਨਕੁਆਇਰੀ ਕਰੀ ਦੀ ਆ ਜੇ ਕੋਈ ਇਨਕੁਆਇਰੀ ਕਰੀ ਦੀ ਆ ਜੇ ਕੋਈ ਸ਼ਿਕਾਇਤ ਕਰਦਾ ਜਾਂ ਉਹ ਸਾਨੂੰ ਸ਼ੱਕ ਪੈਂਦਾ ਵੀ ਇੱਥੋਂ ਕੋਈ ਗੜਬੜੀ ਹੋਈ ਆ ਜੇ ਕੋਈ ਸਰਪੰਚ ਜ਼ਿੰਮੇਵਾਰ ਪਾਇਆ ਜਾਂਦਾ ਗੜਬੜੀ ਦੇ ਵਿੱਚ ਉੱਤੇ ਸਖਤ ਤੋਂ ਸਖਤ ਕਾਰਵਾਈ ਸਰਪੰਚ ਸਸਪੈਂਡ ਕੀਤਾ ਜਾਂਦਾ ਉੱਤੇ ਬਕਾਇਦਾ ਪਰਚਾ ਕਰਨ ਲਈ ਲਿਖਿਆ ਜਾਂਦਾ ਪਰਚੇ ਵੀ ਦਰਜ ਕਰਾਏ ਆ ਸਾਡਾ ਜਿਹੜਾ ਬਲਾਕ ਲੁਧਿਆਣੇ ਦਾ 2 ਨੰਬਰ ਬਲਾਕ ਆ ਉਹਦੇ ਵਿੱਚ ਮੈਨੂੰ ਆਪ ਨੂੰ ਪਤਾ ਲੱਗਾ ਕਿ 100 ਕਰੋੜ ਦੇ ਲਗਭਗ ਐਫਟੀਆਂ ਦੀ ਜਿਹੜੀ ਪੇਮੈਂਟ ਤੜਾ ਕੇ ਨਜਾਇਜ਼ ਤੌਰ ਤੇ ਕਢਾਈ ਗਈ ਆ ਭਾਵੇਂ ਉਹ ਕੰਮ ਕਰਾਏ ਗਏ ਹੋਣ ਤੇ ਭਾਵੇਂ ਨਾ ਕਰਾਏ ਗਏ ਹੋਣ ਜਿਹੜੀ ਐਫਡੀ ਤੜਾਈ ਉਹਦੇ 'ਚ ਇਹ ਦੋਸ਼ੀ ਬਣਦੇ ਆ ਕਿਉਂਕਿ ਜਦੋਂ ਕੋਈ ਜ਼ਮੀਨ ਅਕਵਾਇਰ ਹੁੰਦੀ ਆ 1100 ਏਕੜ ਜ਼ਮੀਨ ਇੱਥੇ ਅਕਵਾਇਰ ਹੋਈ ਬਲਾਕ ਲੁਧਿਆਣਾ ਦੇ 2 ਨੰਬਰ 'ਚ 1100 ਏਕੜ ਦੇ ਪੈਸੇ ਜਮ੍ਹਾਂ ਹੋਏ ਤੇ ਜਿਹੜੀ ਇਹ ਜ਼ਮੀਨ ਅਕਵਾਇਰ ਹੁੰਦੀ ਆ ਜਾਂ ਤੇ ਅਸੀਂ ਇਹਦੀ ਜ਼ਮੀਨ ਖਰੀਦ ਸਕਦੇ ਹਾਂ ਪੰਚਾਇਤ ਦੀ ਤੇ ਜਾਂ ਐਫਡੀ ਹੁੰਦੀ ਆ ਐਫਡੀ ਦਾ ਵਿਆਜ ਦਾ ਪੈਸਾ ਅਸੀਂ ਉਹ ਵੀ ਮਨਜ਼ੂਰੀ ਲੈ ਕੇ ਚੰਡੀਗੜ੍ਹ ਹੈੱਡਕੁਆਟਰ ਤੋਂ ਫੇਰ ਵਰਤ ਸਕਦੇ ਹਾਂ ਇਹਨਾਂ ਲੋਕਾਂ ਨੇ ਨਾ ਕੋਈ ਮਨਜ਼ੂਰੀ ਲਈ ਨਾ ਕੋਈ ਇਹਨਾਂ ਜ਼ਮੀਨ ਲਈ ਇਹਨਾਂ ਨੇ ਐਫਡੀਆਂ ਤੜਾ ਕੇ ਪੈਸਿਆਂ ਦਾ ਗਬਨ ਕੀਤਾ ਇਹਨਾਂ ਅਫਸਰਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਰ ਵੀ ਮੈਂ ਅਫਸਰਾਂ ਨੂੰ ਨਾਲੇ ਤਾਕੀਦ ਵੀ ਕਰਦਾ ਤਾਈਦ ਕਰਦਾ ਨਸੀਹਤ ਵੀ ਦਿੰਦਾ ਕਿ ਜੇ ਤੁਸੀਂ ਕੋਈ ਵੀ ਗਲਤ ਕਰੋਗੇ ਜੇ ਕੋਈ ਜ਼ਮੀਨ ਪੰਚਾਇਤ ਦੀ ਕਿਸੇ ਵਿਅਕਤੀ ਵਿਸ਼ੇਸ਼ ਦੇ ਨਾਂ ਚਾੜੋਗੇ ਜਾਂ ਕੋਈ ਪੈਸਿਆਂ ਦੇ ਵਿੱਚ ਗਬਨ ਕਰੋਗੇ ਪੰਚਾਇਤ ਦੇ ਪੈਸਿਆਂ ਜੇ ਰਾਫੇਰੀ ਧਰਤੇ ਸਖਤ ਤੋਂ ਸਖਤ ਕਾਰਵਾਈ ਕੋਈ ਅਫਸਰ ਨਹੀਂ ਬਖਸ਼ਿਆ ਜਾਵੇਗਾ ਨਾ ਕੋਈ ਸਰਪੰਚ ਪੈਸਿਆਂ ਦਾ ਗਬਨ ਕਰਨ ਵਾਲਾ ਬਖਸ਼ਿਆ ਜਾਵੇਗਾ ਦੇਖੋ ਜੇ ਜ਼ਰੂਰਤ ਹੋਵੇਗੀ ਲੋਕਾਂ ਦੇ ਅਨਸਾਰ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੇ ਅਨਸਾਰ ਚੱਲਦੀ ਆ ਜੋ ਲੋਕ ਕਹਿੰਦੇ ਆ ਉਹਦੇ ਅਨਸਾਰ ਪਏ ਵੇਖੋ ਆਮ ਆਦਮੀ ਪਾਰਟੀ ਪਹਿਲੀ ਪਾਰਟੀ ਆ ਜਿਹਨੇ ਬਜਟ ਪਹਿਲਾ ਬਜਟ ਲੋਕਾਂ ਅਨਸਾਰ ਪੇਸ਼ ਕੀਤਾ ਲੋਕਾਂ ਦੀ ਰਾਏ ਲੈ ਕੇ ਕੰਮ ਕੀਤੇ ਜਾਂਦੇ ਆ ਜੇ ਲੋਕਾਂ ਨੂੰ ਦਿੱਕਤ ਆਉਂਦੀ ਹੋਵੇਗੀ ਮੰਡੀ ਭੀੜੀ ਜਗ੍ਹਾ ਤੇ ਹੋਵੇਗੀ ਤੇ ਮੰਡੀ ਨੂੰ ਖੁੱਲੀ ਜਗ੍ਹਾ ਤੇ ਅਸੀਂ ਬਣਾਵਾਂਗੇ ਇਹ 'ਚ ਕੋਈ ਗੱਲ ਨਹੀਂ ਤੇ ਜੇ ਇੱਥੇ ਸਰਦਾ ਵਾ ਕਿਸਾਨਾਂ ਦਾ ਵੀ ਆੜ੍ਹਤੀਆਂ ਦਾ ਵੀ ਤੇ ਫਿਰ ਮੰਡੀ ਇੱਥੇ ਚੱਲਦੀ ਰਹਿਣ ਦਿੱਤੀ ਜਾਵੇ ਪਹਿਲੀਆਂ ਸਰਕਾਰਾਂ ਨੇ ਤਾਂ ਕੀਤਾ ਜਿੰਨੀਆਂ ਸਾਡੀਆਂ ਸਰਕਾਰੀ ਜਾਇਦਾਦਾਂ ਸਨ ਕੁਝ ਪਹਿਲਾਂ ਇਹਨਾਂ ਲੋਨ ਲੈ ਲਏ ਤੇ ਮੁੜ ਕੇ ਰਹਿੰਦੀ ਖੁੰਦੀ ਕਸਰ ਪਿਛਲੀ ਕਾਂਗਰਸ ਗੌਰਮੈਂਟ ਨੇ ਕੱਢਤੀ ਇਹਨਾਂ ਵੇਚਣੀਆਂ ਸ਼ੁਰੂ ਕਰਤੀਆਂ ਸਮਤੀਆਂ ਦਾ ਪੈਸਾ ਪਿਆ ਸਮਤੀਆਂ ਵਿੱਚ ਪੰਚਾਇਤਾਂ ਨੂੰ ਨਹੀਂ ਦਿੱਤਾ ਜਾਂਦਾ ਉਹਦੇ ਬਿਲਕੁਲ ਦੇਣਾ ਚਾਹੀਦਾ ਵਾ ਜੇ ਪੰਚਾਇਤ ਸੰਪਤੀਆਂ ਦਾ ਪੈਸਾ ਪਿਆ ਉਹ ਸਾਨੂੰ ਪਿੰਡਾਂ ਦੇ ਵਿਕਾਸ ਲਈ ਵਰਤਣੇ ਚਾਹੀਦੇ ਆ ਤੇ ਨਾਲ ਮੈਂ ਜਿੰਨੇ ਵੀ ਸਾਡੇ ਆਮ ਆਦਮੀ ਪਾਰਟੀ ਦੇ ਆਗੂ ਸਭਾ ਨੇ MLA ਸਭਾ ਨੇ ਮੰਤਰੀ ਸਭਾ ਨੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਜਿਹੜੇ ਨਰੇਗਾ ਦੇ ਕੰਮ ਨੇ ਉਹ ਨਿਰੰਤਰ ਚਲਾਓ ਸਾਨੂੰ ਕੇਂਦਰ ਸਰਕਾਰ ਤੋਂ ਅਗਲੀ ਕਿਸ਼ਤ ਤਾਂ ਜਾਰੀ ਹੋਣੀ ਜੇ ਅਸੀਂ ਪਹਿਲੀ ਕਿਸ਼ਤ ਵਰਤਾਂਗੇ ਸਾਡੇ ਕਈ ਜਗ੍ਹਾ ਤੇ MLA ਸਭਾ ਨੇ ਉਹਨਾਂ ਨੂੰ ਇਹ ਵੀ ਸਰਪੰਚ ਕਾਂਗਰਸ ਦੇ ਆ ਤੇ ਚਲੋ ਆਪਣੀ ਸਰਪੰਚ ਬਣਨਗੇ ਫਿਰ ਕੰਮ ਚਲਾ ਲਾਂਗੇ ਪਰ ਇੱਥੇ ਸਾਨੂੰ ਘਾਟ ਇਹ ਆਉਂਦੀ ਪਈ ਆ ਜੇ ਅਸੀਂ ਇਹ ਫੰਡ ਨਹੀਂ ਵਰਤਦੇ ਤੇ ਅਗਲੀ ਜਿਹੜੀ ਕਿਸ਼ਤ ਸਾਨੂੰ ਕੇਂਦਰ ਤੋਂ ਆਉਣੀ ਉਹ ਕਿਸ਼ਤ ਉਦੋਂ ਹੀ ਆਉਣੀ ਹੈ ਜਦੋਂ ਅਸੀਂ ਪਹਿਲੇ ਫੰਡ ਵਰਤਾਂਗੇ ਇੱਕ ਰਾਘਵ ਚੱਡਾ ਦੇ ਵਿਆਹ ਨੂੰ ਲੈ ਕੇ ਚਰਚਾ ਵਿਸ਼ਾ ਗਰਮ ਹੈ ਕਿ ਕਰੋੜਾਂ ਰੁਪਏ ਪੰਜਾਬ ਦਾ ਲੱਗ ਰਿਹਾ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਵੇਖੋ ਇਹ ਤੇ ਵਿਆਹ ਵੀ ਨਹੀਂ ਕਿਸੇ ਨੂੰ ਕਰਾਉਣ ਦਿੰਦੇ ਜਿਹਦੀ ਵਿਆਹ ਕਰਾਉਣ ਦੀ ਉਮਰ ਹੈ ਵਿਆਹ ਤੇ ਕਰਾਉਣਾ ਹੀ ਆ ਇਹਨਾਂ ਕੋਲ ਕੋਈ ਮੁੱਦਾ ਨਹੀਂ ਹੈਗਾ ਕਦੀ ਕਹਿੰਦੇ ਇਹਨਾਂ ਦੇ ਮੁੰਡੇ ਵਿਆਹ ਕਰਾਈ ਜਾਂਦੇ ਆ ਇਹਨਾਂ ਦੇ ਮੰਤਰੀ ਵਿਆਹ ਕਰਾਈ ਜਾਂਦੇ ਦੱਸੋ ਜਿਹੜਾ ਕੁਵਾਰਾ ਉਹਨੇ ਵਿਆਹ ਤੇ ਕਰਾਉਣਾ ਕਰਾਉਣਾ ਇਹ ਤੇ ਜਰਨਲੀ ਗੱਲ ਹੈ ਯਾਰ ਇਹ ਜਾਣ ਕੇ ਜਾਣ ਬੁੱਝ ਕੇ ਮੁੱਦਾ ਬਣਾਉਂਦੇ ਪਏ ਆ ਜਿਹਦੀ ਉਮਰ ਆ ਵਿਆਹ ਕਰਾਉਂਦੀ ਉਹਨੇ ਵਿਆਹ ਕਰਾਉਣਾ ਹੀ ਇਹਦਾ ਫਰਕ ਇਹ ਹੁੰਦਾ ਸੀ ਇਹ ਬਜ਼ੁਰਗ ਹੁੰਦੇ ਸੀ ਇਹਨਾਂ ਦੇ ਭੋਗ ਪੈਂਦੇ ਸੀ ਜਿਹੜੇ ਮੰਤਰੀ ਇਹਨਾਂ ਦੇ ਸੀ ਜਿਹੜੇ ਮੰਤਰੀ ਇਹਨਾਂ ਦੇ ਉਹਨਾਂ ਦੇ ਭੋਗ ਪੈਂਦੇ ਸੀ ਤੇ ਸਾਡੇ ਨੌਜਵਾਨ ਮੁੰਡੇ ਕੁੜੀਆਂ ਉਹਨਾਂ ਦੇ ਵਿਆਹ ਹੋਣ ਵਾਲੇ ਆ ਕੁਵਾਰੇ ਆ ਤੇ ਉਹਨਾਂ ਦੇ ਵਿਆਹ ਹੋਣੇ ਆ।